ਕੀ ਕਾਰਨ ਹੋਣਗੇ ਜੇ ਵਰਲਡ ਇਕਨੋਮੀ ਦੇ ਵਿੱਚ ਰੈਸੈਸ਼ਨ ਆਉਦੀ ਹੈ ਇਹਦੇ ਕਾਰਨ ਇੱਕ ਤਵਾਰ ਤੇ ਇੱਕ ਜਿਹੜੀ ਕੋਵਿਡ ਦਾ ਲੈਗ ਹੈ ਜਿਹੜਾ ਇੱਕ ਪਾਸੇ ਪ੍ਰੋਡਕਸ਼ਨ ਹੈ ਜਿਹੜੀ ਉਹ ਤਾਂ ਵਧਦੀ ਜਾ ਰਹੀ ਹੈ ਕਿਉਂਕਿ ਸਾਨੂੰ ਲੱਗਦਾ ਡਿਮਾਂਡ ਬਹੁਤ ਹੈ ਸਾਰੇ ਪ੍ਰੋਡਿਊਸ ਕਰਨ ਲਈ ਵਧਾ ਰਹੇ ਵਧਾ ਰਹੇ ਹੂੰ ਦੂਸਰੇ ਪਾਸੇ ਖਰੀਦਣ ਵਾਲੇ ਦੀ ਸ਼ਕਤੀ ਘਟਦੀ ਜਾ ਰਹੀ ਹੈ ਜੀ ਕਿਤੇ ਰੈਸੈਸ਼ਨ ਆ ਗਈ ਜੀ ਕੈਨੇਡਾ ਇਹਦੇ ਵਿੱਚੋਂ ਨਿਕਲ ਜਾਊਗਾ ਜੀ ਰੈਸੈਸ਼ਨ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਜਿਹੜਾ ਗਵਰਨਮੈਂਟ ਦਾ ਕਰਜ਼ਾ ਵੀ ਹੈ ਭਾਵੇਂ 1 ਟ੍ਰਿਲੀਅਨ ਡਾਲਰ ਤੋਂ ਉੱਪਰ ਚਲਾ ਗਿਆ ਇਹ ਸਟਿਲ ਮੈਨੇਜੇਬਲ ਹੈ ਓਕੇ ਤੇ ਉਹ ਕਹਿੰਦੇ ਵੀ ਰੇਟ ਆਫ ਇੰਟਰਸਟ ਨਾਲ ਜਿਹੜਾ ਇਹ ਮੈਂ ਵਧਾ ਕੇ ਇਹ ਮੈਨੇਜ ਹੋ ਸਕਦਾ ਹੈਗਾ ਕੈਨੇਡਾ ਦੇ ਵਿੱਚ ਹੁਣ ਪਿਛਲੇ 5-6 ਮਹੀਨਿਆਂ ਦੀ ਵੀ ਸਰਕਾਰ ਬਿਲਕੁਲ ਚੁੱਪ ਹੈ ਹਮ ਕਲੇਟਿਵ ਮੈਕਲਮੀ ਚਲਾ ਰਹੇ ਨੇ ਜਿਵੇਂ ਕੈਨੇਡੀਅਨ ਇਕਨੋਮੀ ਨੂੰ ਹਮ ਹਮ ਕਈ ਦੇਸ਼ਾਂ ਦੇ ਵਿੱਚ ਡਿਫਰੈਂਸ਼ੀਅਲ ਰੇਟ ਆਫ ਇੰਟਰਸਟ ਚੱਲਦਾ ਉਹ ਪ੍ਰਾਇੋਰਟੀ ਏਰੀਆਜ਼ ਨੇ ਜਿਹੜੇ ਉਹਨਾਂ ਨੂੰ ਘੱਟ ਵਿਆਜ ਤੇ ਦਿੰਦੇ ਨੇ ਲਗਜ਼ਰੀ ਖਾਸ ਕਰਕੇ ਉਹ ਤੇ ਜ਼ਿਆਦਾ ਦਿੰਦੇ ਉਹ ਤੇ ਜ਼ਿਆਦਾ ਹੈ ਜਿਹੜੇ ਲੋਕਾਂ ਨੇ ਘਰ ਲਈ ਹੈ ਜਿਨ੍ਹਾਂ ਨੇ ਆਪਣੇ ਰਹਿਣ ਲਈ ਲਈ ਹੈ ਛੋਟੇ ਘਰ ਅਪਾਰਟਮੈਂਟ ਲਿਆ ਕੁਝ ਵੀ ਲਿਆ ਕੈਨੇਡਾ ਦੀ ਇਕਨੋਮੀ ਦਾ ਜਿਹੜਾ ਇੰਬੈਲੈਂਸ ਹੈ ਉਹ ਪੇ ਕਰ ਰਹੇ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਰਹੇ ਨੇ ਮਾਰਕ ਕਾਰਨੀ ਜੀ ਉਹਨਾਂ ਨੇ ਗੱਲਾਂ ਬਾਤਾਂ ਕਈਆਂ ਨੇ ਜੀ ਗਲੋਬਲ ਰੈਸੈਸ਼ਨ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ देयर इज ਅ ਪੋਸਿਬਿਲਿਟੀ ਕਿ ਵਰਲਡ ਇਕਨੋਮੀ ਦੇ ਵਿੱਚ ਰੈਸੈਸ਼ਨ ਆ ਜਵੇ ਕੀ ਕਾਰਨ ਹੋਣਗੇ ਜੇ ਵਰਲਡ ਇਕਨੋਮੀ ਦੇ ਵਿੱਚ ਰੈਸੈਸ਼ਨ ਆਉਦੀ ਹੈ ਕੀ ਦੱਸਦੇ ਹੋ ਕੀ ਕਾਰਨ ਹੋ ਸਕਦੇ ਅ ਦੇਖੋ ਜਸਮੀਨ ਪਹਿਲੀ ਗੱਲ ਤਾਂ ਮੈਂ ਜਿਹੜੀ ਮਾਰਕ ਕਾਰਨੀ ਹੈ ਉਹਨਾਂ ਦੀ ਥੋੜੀ ਜੀ ਇੰਟਰੋਡਕਸ਼ਨ ਦੇਵਾਂ ਉਹ 2008 ਦੇ ਵਿੱਚ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ ਉਹਨਾਂ ਨੇ 2008 ਦਾ ਰੀਸੈਸ਼ਨ ਸੀ ਜਿਹੜਾ ਉਸ ਵੇਲੇ ਤੁਹਾਨੂੰ ਪਤਾ ਹੈ ਅਮਰੀਕਾ ਦੇ ਵਿੱਚ ਰੀਸੈਸ਼ਨ ਆਇਆ ਤੇ ਸਾਰੇ ਦੇਸ਼ਾਂ ਦੇ ਉੱਤੇ ਬਹੁਤ ਅਸਰ ਪਿਆ ਉਹ ਗਲੋਬਲ ਰੀਸੈਸ਼ਨ 'ਚ ਬਦਲ ਗਿਆ ਸੀ ਤੇ ਕੈਨੇਡਾ ਦਾ ਤਾਂ 70% ਵਪਾਰ ਹੈ ਜਿਹੜਾ ਅਮਰੀਕਾ ਨਾਲ ਹੈ ਇਸ ਕਰਕੇ ਇੱਥੇ ਇਫੈਕਟ ਬਹੁਤ ਜ਼ਿਆਦਾ ਹੋਣਾ ਸੀਗਾ ਪਰ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਉਹ ਇਫੈਕਟ ਹੋਇਆ ਤਾਂ ਸਹੀ ਪਰ ਇੰਨਾ ਵੱਡਾ ਨਹੀਂ ਹੋਇਆ ਕਿ ਕੈਨੇਡਾ ਦੀ ਇਕਨੋਮੀ ਹੱਲ ਜੀ ਉਹਦੇ ਨਾਲ ਸੋ ਕੈਨੇਡਾ ਸੀ ਜਿਹੜਾ ਵੈਲ ਮੈਨੇਜਡ ਜਿਹੜੀਆਂ ਇਕਨੋਮੀ ਸੀਗੀਆਂ ਉਸ ਵੇਲੇ ਪੰਜ-ਸੱਤ ਉਹਨਾਂ ਦੇ ਵਿੱਚ ਰਿਹਾ ਬਹੁਤ ਕਾਬਲ ਉਹਨਾਂ ਨੇ ਇੱਕ ਤਰੀਕੇ ਨਾਲ ਬਹੁਤ ਹੀ ਮਤਲਬ ਸੱਚਾ ਚੇਡਾ ਜੇਟ ਅੰਗਰ ਉਹਨਾਂ ਨੇ ਇਸ ਨੂੰ ਅ ਨਿਜੀਠਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਕਾਬਲੀਅਤ ਦੇਖ ਕੇ ਜਿਹੜਾ ਬੈਂਕ ਆਫ ਇੰਗਲੈਂਡ ਦਾ ਉਹਨਾਂ ਨੂੰ ਗਵਰਨਰ ਲੈ ਕੇ ਸੀ ਯੂਕੇ ਵਾਲੇ ਸੋ ਬੈਂਕ ਆਫ ਇੰਗਲੈਂਡ ਦਾ ਗਵਰਨਰ ਹੈ ਜਿਹੜਾ ਕਾਫੀ ਵੱਡੀ ਪੋਜੀਸ਼ਨ ਹੈ ਇਹਦੇ ਨਾਲੋਂ ਤੇ ਉੱਥੋਂ ਰਿਟਾਇਰ ਹੋ ਕੇ ਅੱਜਕੱਲ ਉਹ ਕਲਾਈਮੇਟ ਚੇਂਜ ਦੇ ਉੱਪਰ ਕਈ ਆਰਗੇਨਾਈਜੇਸ਼ਨਸ ਨਾਲ ਕੰਮ ਕਰ ਰਹੇ ਨੇ ਠੀਕ ਹੈ ਜੀ ਸੋ ਉਹਨਾਂ ਦੇ ਜਿਹੜੇ ਜਿਹੜੀ ਪ੍ਰੈਡਿਕਸ਼ਨ ਹੁੰਦੀ ਹੈ ਨਾ ਤਕਰੀਬਨ ਉਹ ਸਹੀ ਹੁੰਦੀ ਹੈ ਠੀਕ ਹੈ ਜੀ ਹਾਂ ਉਹਨਾਂ ਨੇ ਹੁਣ ਕਿਹਾ ਹੈਗਾ ਵੀ ਗਲੋਬਲ ਰੈਸੈਸ਼ਨ ਆ ਜਿਹੜਾ ਇਹਦੇ ਲਈ ਹਾਲਤ ਰਾਈਪ ਨੇ ਦੇਖੋ ਇਹ ਰੈਸੈਸ਼ਨ ਉਹਨਾਂ ਨੇ ਕਿਹਾ ਵੀ ਪਹਿਲੇ ਰੈਸੈਸ਼ਨ ਨਾਲੋਂ ਵੱਖਰਾ ਸੀ ਦੇਖੋ 2008 ਦਾ ਰੈਸੈਸ਼ਨ ਆਇਆ ਉਹ ਤਾਂ ਆਇਆ ਸੀਗਾ ਵੀ ਆਪਣੇ ਰੇਟ ਆਫ ਇੰਟਰਸਟ ਆ ਜਿਹੜੇ ਆਪਣਾ ਬਹੁਤ ਥੱਲੇ ਕਰਤਾ ਸੀ ਹਮ ਕਰਜ਼ਾ ਬਹੁਤ ਦਿੱਤਾ ਸੀ ਅਮਰੀਕਾ ਦੇ ਵਿੱਚ ਘਰਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧ ਗਈ ਤੇ ਉਹ ਵਿਕੇ ਨਹੀਂ ਵਿਕੇ ਨਹੀਂ ਤਾਂ ਪੈਸਾ ਨਹੀਂ ਵਾਪਸ ਹੋਇਆ ਤੇ ਬੈਂਕਾਂ ਵੀ ਡੁੱਬਣੀਆਂ ਸ਼ੁਰੂ ਹੋ ਗਈਆਂ ਹਮ 32-3300 ਬਿਲੀਅਨ ਡਾਲਰ ਦਾ ਫਿਰ ਬੈਂਕਾਂ ਨੂੰ ਸਪੋਰਟ ਦਿੱਤੀ ਗਈ ਸਰਕਾਰ ਦੁਆਰਾ ਠੀਕ ਹੈ ਪਰ ਉਹ ਹੁਣ ਵਾਲਾ ਜਿਹੜਾ ਰੈਸੈਸ਼ਨ ਹੈ ਨਾ ਇਹ ਉਸ ਨਾਲ ਨਹੀਂਗਾ ਹੂੰ ਹੁਣ ਵਾਲਾ ਰੈਸੈਸ਼ਨ ਹੈ ਜਿਹੜਾ ਹੈਲਥ ਕਰਕੇ ਆ ਰਿਹਾ ਹੈਗਾ ਹੈਲਥ ਕਰਕੇ ਹਾਂ ਕੋਵਿਡ-19 ਕਰਕੇ ਠੀਕ ਹੈ ਜੀ ਕੋਵਿਡ-19 ਆਫੈਕਟ ਪਿਆ ਸਰਕਾਰ ਨੇ ਪੈਸੇ ਬਹੁਤ ਵੰਡੇ ਉਹਦੇ ਨਾਲ ਸਪਲਾਈ ਲਾਈਨਸ ਆ ਜਿਹੜੀਆਂ ਖੜਗੀਆਂ ਉਹਦੇ ਨਾਲ ਕੀ ਹੈ ਕਈ ਦੇਸ਼ਾਂ ਦੇ ਵਿੱਚ ਕੋਵਿਡ-19 ਦੀ ਵੇਵ ਆਈ ਹੋਈ ਸੀ ਕਿ ਉੱਥੇ ਪ੍ਰੋਡਕਸ਼ਨ ਬੰਦ ਹੋ ਗਈ ਤੇ ਨਾਲ ਹੀ ਇਹਦੇ ਜਿਹੜੀ ਵਾਰ ਐ ਕਿ ਜਿਹੜੀ ਚੱਲ ਪਈ ਇਸ ਕਰਕੇ ਆ ਰੂਸ਼ੀਆ ਤੇ ਯੂਕਰੇਨ ਦੀ ਸੋ ਇਹ ਇਕਨੋਮਿਕ ਪਿਓਰ ਇਕਨੋਮਿਕ ਕਾਰਨ ਕਰਕੇ ਨਹੀਂਗਾ ਜਿਹੜਾ ਹੋਣ ਵਾਲੀ ਸਿਚੁਏਸ਼ਨ ਐ ਇਕਨੋਮਿਕ ਸਿਚੁਏਸ਼ਨ ਐ ਇਹਦੇ ਕਾਰਨ ਇੱਕ ਤਵਾਰ ਤੇ ਇੱਕ ਜਿਹੜੀ ਕੋਵਿਡ ਦਾ ਲੈਗ ਹੈ ਜਿਹੜਾ ਉਹਦੇ ਰੈਪਰਕਸ਼ਨ ਉਹਦੇ ਰੈਪਰਕਸ਼ਨਸ ਨੇ ਜਿਹੜੇ ਕਨਸੀਕਵੈਂਸਸ ਅਸੀਂ ਫੇਸ ਕਰ ਰਹੇ ਹਾਂ ਸੋ ਉਹਨਾਂ ਨੇ ਕਿਹਾ ਵੀ ਇਹ ਇਹ ਦੋ ਚੀਜ਼ਾਂ ਐ ਕਿ ਵੱਖਰੀਆਂ ਨੇ ਤੇ ਇਹਦੇ ਕਰਕੇ ਜਿਹੜਾ ਕਾਰਨ ਕੀ ਆਉਣ ਦਾ ਵੀ ਇਹ ਸਾਰਾ ਕੋਸ਼ਿਸ਼ ਸਸਟੇਨ ਕਰ ਰਿਹਾ ਹੈਗਾ ਸਸਟੇਨ ਕਰਨ ਕਰਕੇ ਬਹੁਤ ਲੰਬੇ ਸਮੇਂ ਲਈ ਇਨਫਲੇਸ਼ਨ ਐ ਜਿਹੜਾ ਦੁਨੀਆ ਦੇ ਵਿੱਚ ਆ ਗਿਆ ਹੂੰ ਉਹ ਇਨਫਲੇਸ਼ਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਦੋਂ ਵੀ ਇਨਫਲੇਸ਼ਨ ਹੁੰਦਾ ਉਹਦੇ ਵਿੱਚ ਇੱਕ ਬੀਜ ਹੈ ਜਿਹੜਾ ਉਹ ਰੈਸੈਸ਼ਨ ਦਾ ਛੁਪਿਆ ਹੁੰਦਾ ਹੂੰ ਉਹ ਬੀਜ ਹੈ ਜਿਹੜਾ ਜਦੋਂ ਉਹਦਾ ਟਾਈਮ ਆ ਜਾਂਦਾ ਉਹ ਪੁੰਗਰ ਆਉਂਦਾ ਹੈਗਾ ਕਿਉਂਕਿ ਪ੍ਰੋਡਕਸ਼ਨ ਅਲਟੀਮੇਟਲੀ ਸਰਪਲਸ ਹੋ ਜਾਣੀ ਹੈ ਦੇਖੋ ਤੁਸੀਂ ਦੋਨੋਂ ਚੀਜ਼ਾਂ ਦੇਖੋ ਇੱਕ ਪਾਸੇ ਪ੍ਰੋਡਕਸ਼ਨ ਹੈ ਜਿਹੜੀ ਉਹ ਤਾਂ ਵਧਦੀ ਜਾ ਰਹੀ ਹੈ ਕਿਉਂਕਿ ਸਾਨੂੰ ਲੱਗਦਾ ਡਿਮਾਂਡ ਬਹੁਤ ਹੈ ਸਾਰੇ ਪ੍ਰੋਡਿਊਸ ਕਰਨ ਲਈ ਵਧਾਰ ਵਧਾਰੇ ਹੈ ਹੂੰ ਦੂਸਰੇ ਪਾਸੇ ਖਰੀਦਣ ਵਾਲੇ ਦੀ ਸ਼ਕਤੀ ਘਟਦੀ ਜਾ ਰਹੀ ਹੈ ਤੇ ਉਹ ਕਨਫਲਿਕਟ ਹੈ ਜਿਹੜਾ ਉਹਦੇ ਵਿੱਚ ਰੈਸੈਸ਼ਨ ਦਾ ਪ੍ਰਸੀਡ ਹੁੰਦਾ ਜਿਹੜਾ ਉਹ ਹੁੰਦਾ ਸੋ ਹੁਣ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਜਿਹੜਾ ਹੈਗਾ ਸਵੈਰਟੀ ਹੈ ਜਿਹੜੀ ਇਹ 2023 ਦੇ ਵਿੱਚ ਸ਼ੁਰੂ ਹੋ ਸਕਦੀ ਹੈ 2023 ਦੇ ਵਿੱਚ 23 ਦੇ ਵਿੱਚ ਠੀਕ ਹੈ ਜੀ ਥੱਲੇ ਨੂੰ ਆ ਸਕਦਾ ਹੈਗਾ ਜਿਹੜਾ ਰੈਸੈਸ਼ਨ ਵਾਲ ਵਰਡ ਹੈ ਜਿਹੜਾ ਮੋੜ ਸਕਦਾ ਹੈ ਠੀਕ ਹੈ ਅਕਰੋਸ ਦਾ ਗਲੋਬ ਵੀ ਕੀ ਪਤਾ ਲੱਗਦਾ ਕਿ ਕਿਹੜੇ ਦੇਸ਼ ਚ ਕਿੰਨਾ ਛੇਤ ਪਹਿਲਾਂ ਸ਼ੁਰੂ ਹੋਵੇ ਕਿਹੜੇ ਚ ਬਾਅਦ ਦੇ ਵਿੱਚ ਸ਼ੁਰੂ ਹੋਵੇ ਹੂੰ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਦੇਸ਼ਾਂ ਦੇ ਵਿੱਚ ਥੋੜਾ ਜਿਹਾ ਖਿਆਲ ਰੱਖ ਇਹ ਰੈਸੈਸ਼ਨ ਹੈ ਲੇਟ ਸ਼ੁਰੂ ਹੋ ਸਕਦਾ ਹੈ ਔਰ ਇਹਦਾ ਇੰਪੈਕਟ ਵੀ ਘੱਟ ਹੋਣਾ ਹੈਗਾ ਸੋ ਗਲੋਬਲ ਰੈਸੈਸ਼ਨ ਉਹਨੇ ਕਿਹਾ ਵੀ ਆਉਣਾ ਹੈ ਇਹ ਮਾਈਲਡ ਹੋਊਗਾ ਪਹਿਲੇ ਵਾਲੇ ਰੈਸੈਸ਼ਨ ਵਰਗਾ ਇਹ ਨਹੀਂ ਹੋਣਾ ਕਿਉਂਕਿ ਇਹਦੇ ਕਾਰਨ ਇਕਨੋਮਿਕ ਨਹੀਂ ਹੈ ਇਹਦੇ ਕਾਰਨ ਜਿਹੜੇ ਹੋਰ ਨੇ ਉਹਨਾਂ ਕਾਰਨਾਂ ਨੂੰ ਕਾਬੂ ਪਾਉਣਾ ਜਿਸ ਤਰ੍ਹਾਂ ਕੋਵਿਡ-19 ਕਾਬੂ ਪਾ ਲਈ ਲੈ ਕੇ ਆਲਮੋਸਟ ਤਕਰੀਬਨ ਨੇੜੇ ਪਹੁੰਚੇ ਹਾਂ ਭਾਵੇਂ ਹਾਲਤ ਵਿੱਚ ਵੈਕਸੀਨ ਵਗੈਰਾ ਦੀ ਗੱਲ ਚੱਲ ਰਹੀ ਹੈ ਸੋ ਇਹ ਲੱਗਦਾ ਇਹ ਹੈਗਾ ਕਿ ਇਹ ਜੇ ਕਾਬੂ ਪੈ ਜਾਂਦਾ ਕੋਵਿਡ-19 ਤੇ ਤੇ ਸਾਡੀਆਂ ਸਪਲਾਈ ਲਾਈਨਸ ਬਹਾਲ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਹੀ ਜਿਹੜੀ ਵਾਰ ਹੈ ਉਹ ਖਤਮ ਹੋ ਜਾਂਦੀ ਹੈ ਤਾਂ ਫਿਰ ਹੋ ਸਕਦਾ ਹੈ ਰੈਸੈਸ਼ਨ ਜਿਹੜਾ ਉਹਨਾ ਸਵੀਅਰ ਨਾ ਹੋਵੇ ਜਿੰਨਾ ਕਿ ਪਹਿਲਾਂ ਹੋਇਆ ਹੈਗਾ 2008 ਵਾਲਾ 2001 ਜਿਹੜਾ ਇੱਕ ਰੈਸੈਸ਼ਨ ਆਇਆ ਸੀਗਾ ਉਹ ਇੰਨਾ ਸਵੀਅਰ ਨਹੀਂ ਸੀਗਾ .com ਬਸਟ ਕਰਕੇ ਆਇਆ ਸੀ ਜੀ ਹਾਂ .com ਬਸਟ ਉਹ ਸੀਗਾ ਜਸਮੀਨ ਦਸਪ੍ਰਿਤ ਵੀ ਆਪਾਂ ਪਤਾ ਜੀ ਦੋ 2000 ਦਾ ਮਿਲੇਨੀਅਮ ਚੇਂਜ ਹੋਇਆ ਹੈਗਾ ਨਵੇਂ ਮਿਲੇਨੀਅਮ 'ਚ ਆਪਾਂ ਦਾਖਲ ਹੋਏ ਹਾਂ ਤਾਂ ਉਹਦਾ ਇੱਕ ਤੁਹਾਡੇ ਯਾਦ ਹੋਣਾ ਹੈਗਾ K99 ਵਟ ਕੀ ਸੀ ਹੋਮ ਚਲੋ ਕਹਿ ਰਹੇ ਸੀਗੇ ਵੀ ਜਿਹੜੇ ਕੰਪਿਊਟਰ ਹੈ ਕੰਮ ਕਰਨਾ ਬੰਦ ਕਰ ਦੇਣਗੇ ਵੀ ਕੰਪਿਊਟਰ ਨੇ ਆਪਣੇ ਆਪ ਨੂੰ ਟਰਾਂਜੀਸ਼ਨ ਨਹੀਂ ਕਰਨੀਗੀ 1999 ਤੋਂ 2000 ਦੇ ਵਿੱਚ ਟਰਾਂਜੀਸ਼ਨ ਕਰਨੀ ਔਖੀ ਹੋਣੀ ਹੈ ਟਰਾਂਜੀਸ਼ਨ ਕਰਨੀ ਔਖੀ ਹੋਣੀ ਹੈ ਵੀ ਜਿਹੜੇ ਕੰਪਿਊਟਰ ਬਣਾਏ ਗਏ ਐ ਇਸ ਕੰਮ ਤੇ ਫਿੱਟ ਹੀ ਨਹੀਂ ਵੀ ਟਰਾਂਜੀਸ਼ਨ ਕਰਨ ਇੱਕਦਮ ਬੰਦ ਹੋ ਜਾਣਗੇ ਬੰਦ ਹੋ ਜਾਣਗੇ ਐਸੇ ਚੱਲਿਆ ਉਹਦੇ ਚ ਕੀ ਹੈ ਅਨਸਰਟੇਨਟੀ ਇੰਨੀ ਹੋ ਗਈ ਸੀਗੀ ਵੀ ਕਈ ਆਮ ਤੌਰ ਤੇ ਲੋਕਾਂ ਨੇ ਇਨਵੈਸਟਮੈਂਟ ਜਿਹੜੀ ਸੀ ਬੰਦ ਕਰਤੀ ਸੀ ਇਨਵੈਸਟਮੈਂਟ ਬੰਦ ਕਰਨ ਕਰਕੇ ਇੱਕ ਜੌਲਟ ਜਾਂ ਲੱਗਿਆ ਸੀ ਪਰ ਉਸ ਦੇ ਵੇਲੇ ਕੀ ਸੀ ਜਸਪ੍ਰੀਤ ਵੀ ਇੱਕ ਤਾਂ ਬੈਂਕਾਂ ਕੋਲ ਪੈਸਾ ਬਹੁਤ ਪਿਆ ਸੀਗਾ ਉਸ ਟਾਈਮ ਉਸ ਟਾਈਮ ਦੇ ਵਿੱਚ ਠੀਕ ਹੈ ਜੀ ਕਿਉਂਕਿ ਫੈਡਰਲ ਬੈਂਕ ਆ ਜਿਵੇਂ ਬੈਂਕ ਆਫ ਕੈਨੇਡਾ ਆ ਜਾਂ ਇਹਨਾਂ ਕੋਲੇ ਪੈਸਾ ਕਾਫੀ ਸੀਗਾ ਹੁਣ ਕੀ ਪੋਜੀਸ਼ਨ ਉਹਨਾਂ ਤੋਂ ਡਿਫਰੈਂਟ ਕਿਉਂ ਹੈ ਹੁਣ ਪੋਜੀਸ਼ਨ ਡਿਫਰੈਂਟ ਤਾਂ ਹੈ ਕਿ ਹੁਣ ਬੈਂਕ ਆਫ ਕੈਨੇਡਾ ਨੇ ਪਹਿਲਾਂ ਹੀ ਪੈਸਾ ਬਹੁਤ ਖਰਚਿਆ ਪੈਨਡੈਮਿਕ ਹਮ 1 ਟ੍ਰਿਲੀਅਨ ਡਾਲਰ ਦਾ ਦਾ ਕਰਜ਼ਾ ਜਿਹੜਾ ਸਰਕਾਰ ਤੇ ਖੜਾ ਹੈਗਾ ਆਲਰੇਡੀ ਹਮ ਆਲਰੇਡੀ ਖੜਾ ਹੈਗਾ ਸੋ ਉਹ ਕਹਿੰਦੇ ਵੀ ਉਹਦੇ ਨਾਲੋਂ ਡਿਫਰੈਂਟ ਇਹ ਹੈ ਵੀ ਜੇ ਹੁਣ ਆ ਜਾਂਦਾ ਹੈ ਉਹਨਾਂ ਨਾਲ ਇਹ ਵੀ ਕਿਹਾ ਵੀ ਜੇ ਆ ਜਾਂਦਾ ਤਾਂ ਹੋ ਸਕਦਾ ਹੈ ਕਿ ਇਹਦੇ ਇੰਪੈਕਟ ਉਹ ਇਹ ਨਹੀਂ ਵੀ ਪੈਸਾ ਹੈ ਨਹੀਂ ਸਰਕਾਰ ਕੋਲੇ 인ਫਲੇਸ਼ਨ ਨਾਲ ਨਜਿੱਠਣ ਲਈ ਹੂੰ ਜੇ ਆ ਜਾਂਦਾ ਹੁਣ ਕੀ ਸਰਕਾਰ ਉਹ ਤੇ ਫੈਸਲਾ ਕੀ ਲੈਂਦੀ ਹੈ ਕੀ ਸਰਕਾਰ ਹੈ ਜਿਹੜੀ ਕਰਜ਼ਾ ਜਿਹੜਾ ਹੋਰ ਵਧਾਉਂਦੀ ਹੈ ਜਾਂ ਸਰਕਾਰ ਇਹ ਕਰਦੇ ਕੋਈ ਨਹੀਂ ਮਾਈਲਡ ਰੈਸੈਸ਼ਨ ਹੈ ਜਿਹੜਾ ਚੱਲਣ ਦਿਓ ਕੀ ਸਰਕਾਰ ਉਸ ਵੇਲੇ ਇਹ ਲੈਂਦੀ ਹੈ ਆਪਣਾ ਵੀ ਚਲੋ ਜੇ ਸਾਡੇ ਕੋਲੇ ਪੈਸਾ ਨਹੀਂ ਤਾਂ ਅਸੀਂ ਰੇਟ ਆਫ ਇੰਟਰਸਟ ਹੈ ਜਿਹੜਾ ਇਸ ਨੂੰ ਡਿਕਲਾਈਨ ਕਰ ਦਈਏ ਇਹਨੂੰ ਇਹਨੂੰ ਫੇਰ ਘਟਾ ਦਈਏ ਦੁਬਾਰੇ ਇਹ ਇਹ ਵੇਖਣਾ ਪਊਗਾ ਉਹ ਨਾਲ ਸਮੇਂ ਚ ਹੁੰਦਾ ਕਿ ਨਹੀਂ ਹੁੰਦਾ ਸੋ ਸਰਕਾਰ ਉਹ ਤੇ ਕੀ ਇੱਕ ਤਾਂ ਇਹ ਦੱਸਿਆ ਉਹਨਾਂ ਨੇ ਇੱਕ ਉਹਨਾਂ ਨੇ ਕਿਹਾ ਵੀ 1995 ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ यस ਜਿਹਨੇ ਫ੍ਰੀ ਟ੍ਰੇਡ ਦੀ ਗੱਲ ਕੀਤੀ ਹੈ ਠੀਕ ਹੈ ਜੀ ਫ੍ਰੀ ਟ੍ਰੇਡ ਉਹ ਕਹਦੇ ਸੀ ਉਹ ਉਸ ਵੇਲੇ ਹੋ ਰਿਹਾ ਸੀਗਾ ਬੜੀ ਤੇਜ਼ੀ ਨਾਲ ਤੇ ਉਹਦੇ ਨਾਲ ਸਾਰੀ ਦੁਨੀਆ ਦੇ ਜਿਹੜੇ ਦੇਸ਼ ਸੀ ਬਹੁਤੇ ਦੇਸ਼ਾਂ ਦਾ ਉਹਦੇ 'ਚ ਫਾਇਦਾ ਹੋਇਆ ਖਾਸ ਕਰਕੇ ਕੈਨੇਡਾ ਵਰਗੇ ਕੰਟਰੀ ਦਾ ਫਾਇਦਾ ਹੋਇਆ ਸੋ ਦੋ ਕਾਰਨ ਉਹਨਾਂ ਨੇ ਦੱਸਿਆ ਜਿਹੜਾ .com ਕ੍ਰਾਈਸਿਸ ਸੀਗਾ ਉਹਦੇ ਵਿੱਚ ਦੋ ਰੀਜ਼ਨ ਇਹ ਸੀਗੇ ਕਿ ਪੈਸਾ ਬਹੁਤ ਸੀ ਇਸ ਕਰਕੇ ਉਹ ਬਹੁਤ ਵੱਡਾ ਰੈਸੈਸ਼ਨ ਨਹੀਂ ਸੀ। ਉਹ ਤਾਂ ਬਸ ਇੱਕ ਸੀਗਾ ਤੁਹਾਡੀ ਥਿੰਕਿੰਗ ਦਾ ਰੈਸੈਸ਼ਨ ਸੀਗਾ ਉਹ। ਉਹ ਜਿਹੜੀ ਥਿੰਕਿੰਗ ਹੈ ਜਾਂ ਪਬਲਿਕ ਸੈਂਟੀਮੈਂਟ ਸੀਗਾ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਜਾਂ ਇਨਵੈਸਟਰਸ ਦਾ ਸੈਂਟੀਮੈਂਟ ਸੀਗਾ ਉਹ ਸੈਂਟੀਮੈਂਟ ਕਰਕੇ ਰੈਸੈਸ਼ਨ ਆਇਆ ਸੀ ਪਰ ਮੋਰ ਫੋਰ ਸਪੈਕੂ ਮੋਰ ਅਬਾਊਟ ਸਪੈਕੂਲੇਸ਼ਨ ਸੀਗਾ ਲੋਕ ਸਪੈਕੂਲੇਟ ਕਰ ਰਹੇ ਸੀ ਵੀ ਹੋਊਗੀ ਹੋਊਗੀ ਇਹ ਹੋਊਗਾ ਨਹੀਂ ਦੇਖੋ ਸਪੈਕੂਲੇਸ਼ਨ ਨਹੀਂ ਆਪਣੇ ਜਸਪੁਰੇ ਤੇ ਇਹ ਜਿਹਨੂੰ ਕਹਿੰਦੇ ਨੇ ਨਾ ਫੀਅਰ ਆਫ ਫਿਊਚਰ ਆ ਫੀਅਰ ਆਫ ਦਾ ਅਨਨੋਨ ਫੀਅਰ ਆਫ ਦਾ ਅਨਨੋਨ ਸੀਗਾ ਨੇ ਨੋਰਮਲ ਸੀ ਕੁਛ ਹੱਦ ਤੱਕ ਪਰ ਇਹ ਨਹੀਂ ਪਤਾ ਸੀ ਵੀ ਹੋਊਗਾ ਕਿ ਨਹੀਂ ਹੋਊਗਾ ਨਾ ਹੋਊਗਾ ਨਹੀਂ ਹੋਊਗਾ ਸੋ ਇਸ ਕਰਕੇ ਜਿਹੜਾ ਉਹ ਰੈਸੈਸ਼ਨ ਸੀ ਉਹ ਮਾਈਲਡ ਸੀ ਜਿਹੜਾ 2008 ਦਾ ਸੀਗਾ ਇਹਦੇ ਪਿਓਰ ਇਕਨੋਮਿਕ ਰੀਜ਼ਨ ਸੀਗੇ ਇਸ ਕਰਕੇ ਇਹ ਥੋੜਾ ਜਾ ਸਖਤ ਸੀਗਾ ਜਿਹਨੂੰ ਆਪਾਂ ਕਹਿ ਸਕਦੇ ਆ ਜਾਂ ਇਹਨੂੰ ਕਹਿੰਦੇ ਸਟਰੋਂਗ ਰੈਸੈਸ਼ਨ ਸੀਗਾ ਇਹ ਹਮ ਅੱਛਾ ਪ੍ਰੋਫੈਸਰ ਸਾਹਿਬ ਇਹ ਦੱਸੋ ਜੇ ਕਿਤੇ ਰੈਸੈਸ਼ਨ ਆ ਗਈ ਜੀ ਕੈਨੇਡਾ ਇਹਦੇ ਵਿੱਚੋਂ ਨਿਕਲ ਜਾਊਗਾ ਜੀ ਰੈਸੈਸ਼ਨ ਦੇ ਵਿੱਚੋਂ ਅਹ ਦੇਖੋ ਜਸਪ੍ਰੀਤ ਜਿਹੜੇ ਮਾਰਕ ਕਰਨੇ ਨੇ ਉਹਨਾਂ ਨੇ ਕਿਹਾ ਹੈਗਾ ਵੀ ਕੈਨੇਡਾ ਇਸ ਦੇ ਵਿੱਚੋਂ ਮਾਈਲਡ ਹੋਊਗਾ ਕੈਨੇਡਾ ਦੇ ਵਿੱਚ ਬਹੁਤ ਹੂੰ ਉਹਨਾਂ ਨੇ ਕਾਰਨ ਦਿੱਤੇ ਇੱਕ ਇੱਕ ਤਾਂ ਉਹ ਕਹਿੰਦੇ ਵੀ ਜਿਹੜੀ ਯੂਐਸ ਦੀ ਇਕਨੋਮੀ ਹੈ ਇਹਦੇ ਵਿੱਚ ਜਿਹੜੇ ਇੰਬੈਲੈਂਸਸ ਸੀਗੇ ਜਿਵੇਂ ਬਹੁਤ ਵੱਡਾ ਇੰਬੈਲੈਂਸ ਸੀਗਾ ਉੱਥੇ ਘਰਾਂ ਦਾ ਘਰ ਬਹੁਤ ਜ਼ਿਆਦਾ ਬਣ ਗਏ ਸੀਗੇ ਤੇ ਘਰ ਵਿਕੇ ਨਹੀਂ ਤੇ ਜਿਹੜੇ ਜਿਹੜੀਆਂ ਕੰਪਨੀਆਂ ਸੀ ਜਿਨ੍ਹਾਂ ਨੇ ਘਰ ਬਣਾਏ ਸੀਗੇ ਉਹ ਪੈਸੇ ਨਹੀਂ ਦੇ ਸਕੀਆਂ ਬੈਂਕਾਂ ਦੀਆਂ ਤੇ ਬੈਂਕ ਰਨ ਕਹਿੰਦੇ ਨੇ ਉਹਨੂੰ ਵੀ ਬੈਂਕ ਜਦੋਂ ਬੈਂਕ ਦੇ ਵਿੱਚ ਹੀ ਹੋਵੇ ਨਾ ਬੈਂਕ ਫੇਲ ਹੋ ਰਿਹਾ ਜਸਮੀਨ ਉਹ ਫਿਰ ਆਟੋਮੈਟਿਕਲੀ ਜਸਪ੍ਰੀਤ ਸੌਰੀ ਆਟੋਮੈਟਿਕਲੀ ਕੀ ਹੁੰਦਾ ਫਿਰ ਲੋਕਲ ਚੋਂ ਪੈਸੇ ਕਟੋਣਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਬੈਂਕ ਜਿਹੜਾ ਪਹਿਲਾਂ ਸ਼ਾਇਦ ਬਚਦਾ ਹੋਵੇ ਉਹ ਫੇਲ ਹੋ ਜਾਂਦੇ ਉਹ ਬੈਂਕ ਰਨ ਹਾਂ ਬੈਂਕ ਰਨ ਕਹਿੰਦੇ ਇਹਨੂੰ ਠੀਕ ਹੈ ਜੀ ਤੋਂ ਬੈਂਕ ਰਨ ਦਾ ਡਰ ਹੁੰਦਾ ਹੈਗਾ ਸੋ ਉਹ ਕਹਿੰਦੇ ਵੀ ਹੁਣ ਅਮਰੀਕਾ ਦੇ ਵਿੱਚ ਅਮਰੀਕਾ ਨਾਲ ਸਾਡਾ ਵੱਡਾ ਵਪਾਰ ਹੈ ਸਾਡੇ ਟ੍ਰੇਡ ਪਾਰਟਨਰ ਨੇ ਅਮਰੀਕਾ ਨੈਚੁਰਲ ਪਾਰਟਨਰ ਆਸੀਂ ਤੇ ਉਹ ਕਹਿੰਦੇ ਵੀ ਹੁਣ ਡਰ ਇਹ ਨਹੀਂਗਾ ਸਾਨੂੰ ਕੋਈ ਵੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਕੋਜੋਲਟ ਆ ਜਾਣਾ ਹੈਗਾ ਜਾਂ ਕੋਈ ਬਹੁਤ ਝਟਕਾ ਅਮਰੀਕਾ ਦੇ ਵਿੱਚ ਲੱਗਣਾ ਹੈ। ਓਕੇ। ਸੋ ਇਸ ਕਰਕੇ ਸਾਨੂੰ ਜਿਹੜਾ ਅਮਰੀਕਾ ਤੋਂ ਇਨਫਲੇਸ਼ਨ ਸਾਡੀ ਸੌਰੀ ਰੈਸੈਸ਼ਨ ਸਾਡੇ ਆ ਸਕਦਾ ਸੀ। ਜਿਹੜਾ ਉਹਦਾ ਖਰਚਾ ਪਹਿਲਾਂ ਨਾਲੋਂ 2008 ਨਾਲੋਂ ਕਾਫੀ ਘਟਾ ਹੈ। ਠੀਕ ਹੈ। ਇੱਕ ਤਾਂ ਉਹਨਾਂ ਨੇ ਇਹ ਦੱਸਿਆ। ਦੂਸਰਾ ਉਹਨਾਂ ਨੇ ਇਹ ਕਿਹਾ ਵੀ ਉਸ ਵੇਲੇ ਓਵਰ ਸਪਲਾਈ ਬਹੁਤ ਸੀ। ਐਸ ਵੇਲੇ ਤਾਂ ਸਪਲਾਈ ਓਵਰ ਹੈ ਹੀ ਨਹੀਂਗੀ। ਦੇਖੋ ਕਰਾਂਦੀ ਓਵਰ ਸਪਲਾਈ ਸੀ ਤੇ ਕਾਰਾਂ ਦੀ ਬਹੁਤ ਓਵਰ ਸਪਲਾਈ ਸੀ ਉਸ ਵੇਲੇ। ਉਹ ਚੀਜ਼ ਵੀ ਨਹੀਂ ਹੁਣ ਕਾਰਾਂ ਦੀ ਸਪਲਾਈ ਵੀ ਘਟਾ ਹੈ। ਕਾਰਾਂ ਦੀ ਸਪਲਾਈ ਵੀ ਕੀ ਕੰਜ਼ਿਊਮਰ ਫਾਈਨਾਂਸ ਹੈ ਜਿਹੜਾ ਕੰਜ਼ਿਊਮਰ ਫਾਈਨਾਂਸ ਠੀਕ ਹੈ ਬਹੁਤ ਲੋਕਾਂ ਤੇ ਕਰਜ਼ਾ ਵੀ ਚੜਿਆ ਹੋਇਆ ਹੈ ਪਰ ਇੱਕ ਸੈਕਸ਼ਨ ਆਫ ਦਾ ਪਾਪੂਲੇਸ਼ਨ ਹੈ ਜਿਨੇ ਆਪਣੀ ਡਿਮਾਂਡ ਹੈ ਉਹ ਕੰਟੀਨਿਊ ਰੱਖਣੀ ਹੈ ਉਹ ਡਿਮਾਂਡ ਸਸਟੇਨ ਕਰਨੀ ਹੈ ਤੇ ਇਸ ਕਰਕੇ ਜਿਹੜਾ ਥੋੜੀ-ਬਹੁਤੀ ਡਿਮਾਂਡ ਹੈ ਜਿਹੜੀ ਇਕਨੋਮੀ ਦੇ ਵਿੱਚ ਰਹਿਣੀ ਹੈ ਇਹ ਜੀ ਵੀ ਟੋਟਲੀ ਕਲੈਪਸ ਕਰ ਜਾਨੀ ਹੈ ਠੀਕ ਹੈ ਜੀ ਉਸ ਵੇਲੇ ਬਹੁਤ ਲੋਕਾਂ ਦਾ ਹਾਲ ਮਾੜਾ ਸੀ ਈਵਨ ਅਮੀਰਾਂ ਦਾ ਵੀ ਹਾਲ ਮਾੜਾ ਸੀ 2008 ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਗਵਰਨਮੈਂਟ ਦਾ ਕਰਜ਼ਾ ਵੀ ਹੈ ਭਾਵੇਂ 1 ਟ੍ਰਿਲੀਅਨ ਡਾਲਰ ਤੋਂ ਉੱਪਰ ਤੇ ਉਹ ਕਹਿੰਦੇ ਵੀ ਰੇਟ ਆਫ ਇੰਟਰਸਟ ਨਾਲ ਜਿਹੜਾ ਇਹ ਮੈਂ ਵਧਾ ਕੇ ਇਹ ਮੈਨੇਜ ਹੋ ਸਕਦਾ ਹੈਗਾ ਤੇ ਇਸੇ ਕਰਕੇ ਇਹ ਵਧਾਇਆ ਜਾ ਰਿਹਾ ਹੈਗਾ ਪਰ ਜਸਪ੍ਰੀਤ ਇਹਦੇ ਨਾਲ ਗੱਲਾਂ ਹੋਰ ਵੀ ਆ ਰਹੀਆਂ ਨੇ ਵੀ ਕੱਲੇ ਰੇਟ ਆਫ ਇੰਟਰਸਟ ਦੇ ਉੱਪਰ ਹੀ ਤੁਸੀਂ ਸਾਰੇ ਕੁਝ ਨਹੀਂ ਹਾਂ ਸਾਰਾ ਕੁਝ ਨਹੀਂ ਤੁਸੀਂ ਡਿਪੈਂਡ ਕਰ ਸਕਦੇ ਹੋ ਹੁਣ ਦੇਖੋ ਤੁਸੀਂ ਆਪਣੇ ਕੋਲੇ ਰੇਟ ਆਫ ਇੰਟਰਸਟ ਵਧਾਉਂਦਿਆਂ ਨੂੰ ਕਾਫੀ ਦੋ ਕੁ ਮਹੀਨੇ ਹੋ ਗਏ ਸਾਡੇ ਕੋਲ ਉਸ ਤੋਂ ਬਾਅਦ ਅੰਕੜੇ ਆਏ ਨੇ ਇਨਫਲੇਸ਼ਨ ਦੇ ਵੀ ਹੂੰ ਰੇਟ ਆਫ ਇੰਟਰਸਟ ਵੀ ਵਧੇ ਜਾ ਰਿਹਾ ਤੇ ਇਨਫਲੇਸ਼ਨ ਵੀ ਵਧੇ ਜਾ ਰਿਹਾ ਫਿਰ ਜੇ ਤਾਂ ਤੁਹਾਡਾ ਰੇਟ ਆਫ ਇੰਟਰਸਟ ਇਨਫਲੇਸ਼ਨ ਨੂੰ ਡਾਊਨ ਕਰੇ ਤਾਂ ਫਿਰ ਤਾਂ ਥੋੜਾ ਬਹੁਤਾ ਇਨਫਲੇਸ਼ਨ ਨੂੰ ਦਰੁਕਣਾ ਚਾਹੀਦਾ ਸੀ ਤੇ ਇਟ ਮੇਕਸ ਸੈਂਸ ਕਿ ਠੀਕ ਆ ਤੁਸੀਂ ਰੇਟ ਆਫ ਇੰਟਰਸਟ ਵਧਾ ਰਹੇ ਹੋ ਇਨਫਲੇਸ਼ਨ ਘਟ ਰਹੀ ਹੈ ਇਟ ਮੇਕਸ ਸੈਂਸ ਕਿ ਵਧਾਈ ਚੱਲੋ ਨਹੀਂ ਮੈਂ ਇਹ ਕਹਿਣਾ ਵੀ ਚਲੋ ਕਈ ਵਾਰੀ ਹੁੰਦਾ ਵੀ ਥੋੜਾ ਜਿਹਾ ਟਾਈਮ ਲੈਗ ਨਾਲ ਆਉਂਦੇ ਨੇ ਰਿਜ਼ਲਟ ਜਿਹੜੇ ਵੀ ਤੁਸੀਂ ਰੇਟ ਆਫ ਇੰਟਰਸਟ ਵਧਾਇਆ ਹੋ ਸਕਦਾ ਉਹ ਰਿਜ਼ਲਟ ਜਿਹੜੇ ਇਮੀਡੀਏਟਲੀ ਨਾ ਆਉਣ ਥੋੜਾ ਟਾਈਮ ਤੋਂ ਬਾਅਦ ਆਉਣ ਦੋ ਤਿੰਨ ਮਹੀਨੇ ਬਾਅਦ ਪਰ ਐਟ ਲੀਸਟ ਜਿਹੜੀਆਂ ਐਕਸਪੈਕਟੇਸ਼ਨਸ ਨੇ ਲੋਕਾਂ ਦੀ ਉਹ ਤਾਂ ਘਟ ਜਾਂਦੀਆਂ ਨੇ ਨਾ ਜੇ ਐਕਸਪੈਕਟੇਸ਼ਨਸ ਘਟ ਜਾਂਦੀਆਂ ਨੇ ਇਨਫਲੇਸ਼ਨ ਵਧਣਾ ਦਾ ਬੰਦ ਹੋਣਾ ਚਾਹੀਦਾ ਨਾ ਥੱਲੇ ਜਾਵੇ ਹੁਣ ਕੀ ਇਹ 6.8 ਤੋਂ ਵੱਧ ਕੇ 1 ਮਹੀਨੇ ਦੇ ਵਿੱਚ 7.7 ਹੋ ਗਿਆ ਤੇ ਦੈਟਸ ਅ ਲਾਟ ਦੈਟਸ ਦੈਟਸ ਅ ਲਾਟ ਤੇ ਜੇ ਇੰਨਾ ਵੱਧ ਗਿਆ ਤਾਂ ਫਿਰ ਇਹਦਾ ਮਤਲਬ ਕੀ ਹੈ ਸਾਡੀ ਇਨਫਲੇਸ਼ਨ ਨੂੰ ਟੈਕਲ ਕਰਨ ਵਾਲੀ ਜਿਹੜੀ ਸਟਰੈਟਜੀ ਹੈ ਤਾਂ ਸਾਡੀ ਪਾਲਿਸੀ ਉਹ ਕੰਮ ਨਹੀਂ ਕਰ ਰਹੀ ਨਹੀਂ ਕੱਲੇ ਰੇਟ ਆਫ ਇੰਟਰਸਟ ਨਾਲੇ ਕੰਮ ਕਰਨੀ ਨਹੀਂ ਗੀ ਤੁਸੀਂ ਜਿੰਨਾ ਚਿਰ ਲੋਕਾਂ ਕੋਲ ਪੈਸੇ ਵਾਲਿਆਂ ਦੇ ਟੈਕਸ ਨਹੀਂ ਲਾਉਂਦੇਗੇ ਜਿਨ੍ਹਾਂ ਕੋਲ ਪੈਸਾ ਹੈ ਦੇਖੋ ਉਹਨਾਂ ਨੇ ਵੀ ਖਰੀਦਣਾ ਜਿਨ੍ਹਾਂ ਕੋਲ ਪੈਸਾ ਪੈਸਾ ਤੁਹਾਨੂੰ ਬਹੁਤ ਥੋੜੀ ਹੱਥਾਂ 'ਚ ਇਕੱਠਾ ਹੋ ਗਿਆਗਾ ਫੇਰ ਉਹ ਖਰੀਦੀ ਜਾਂਦੇ ਨੇ ਸੋ ਇੱਕ ਪਾਸੇ ਤਾਂ ਅਸੀਂ ਪੈਸੇ ਦੇ ਕੰਟਰੋਲ ਕਰ ਰਹੇ ਹਾਂ ਇੱਕ ਪਾਸੇ ਪੈਸਾ ਲੋਕਾਂ ਕੋਲ ਪਿਆ ਤਾਂ ਇਹ ਮੇਰਾ ਖਿਆਲ ਹੈ ਇਸ ਤਰ੍ਹਾਂ ਕੰਟਰੋਲ ਨਹੀਂ ਹੋਣਾ ਹੋਰ ਮੈਜਰਸ ਵੀ ਲੈਣੇ ਪੈਣੇ ਸੋ ਟੈਕਟੀਕਲ ਸਟਰੈਟਜੀਜ਼ ਲਿਆਉਣੀਆਂ ਪੈਣੀਆਂ ਨੇ ਜੀ ਨਹੀਂ ਟੈਕਟੀਕਲ ਨਹੀਂ ਬੜੀਆਂ ਵੈਲ ਡਿਫਾਈਨਡ ਸਟਰੈਟਜੀਜ਼ ਨੇ ਉਹਦੇ ਚ ਕੋਈ ਇਹ ਨਹੀਂਗਾ ਦੋਰਾਵਾ ਬੜੇ ਨੇ ਸਾਧਨ ਨੇ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਗਵਰਨਮੈਂਟ ਆਪਣੇ ਬੌਂਡ ਸੇਲ ਕਰ ਸਕਦੀ ਹੈ ਜਿਹੜਾ ਕਾਗਜ਼ ਹੈ ਉਹ ਲੋਕਾਂ ਕੋਲੇ ਚਲਾ ਜਾਣਾ ਪੇਪਰ ਤੇ ਪੈਸਾ ਗਵਰਨਮੈਂਟ ਕੋਲੇ ਆ ਜਾਣਾਗਾ ਉਹਦੇ ਵਿੱਚ ਕੋਈ ਰੇਟ ਆਫ ਇੰਟਰਸਟ ਵਧਾਉਣ ਦੀ ਲੋੜ ਨਹੀਂ ਉਹ ਸਟ੍ਰੈਟਜੀ ਨਹੀਂ ਰਿਜ਼ਰਵ ਰੇਸ਼ਿਓ ਹੈ ਜਿਹੜੀ ਇੱਕ ਸੈਂਟਰਲ ਬੈਂਕ ਇੰਟਰੋਡਿਊਸ ਕਰ ਸਕਦਾ ਹੁੰਦਾ ਹੈ ਵੀ ਹਰੇ ਹਰ ਬੈਂਕ ਜਿਹੜਾ ਜੇ ਉਹਦੇ ਕੋਲੇ 100 ਡਾਲਰ ਦਾ ਡਿਪੋਜ਼ਿਟ ਹੈ ਉਹ 3 ਡਾਲਰ ਆਪਣੇ ਕੋਲੇ ਜਾਂ 4 ਡਾਲਰ ਹਰ ਵੇਲੇ ਆਪਣੇ ਕੋਲ ਰੱਖੇ ਉਹਦੇ ਨਾਲ ਉਹ 96 ਡਾਲਰ ਆਏ ਨੇ ਉਹਦਾ ਹੀ ਲੋਨ ਦੇਊਗਾ 100 ਡਾਲਰ ਦਾ ਲੋਨ ਨਹੀਂ ਦੇਣਗੇ ਨਹੀਂ ਦੇਵਾਂਗੇ ਇਨਟਰੋਡਿਊਸ ਕਰ ਸਕਦੇ ਆ ਠੀਕ ਹੈ ਗਵਰਨਮੈਂਟ ਜਿਹੜੀ ਟੈਕਸ ਲਾ ਸਕਦੀ ਹੈ ਕਿ ਵਿੰਡਫਾਲ ਟੈਕਸ ਹੈ ਜਿਹੜੇ ਲੋਕ ਟੈਕਸ ਦੇ ਸਕਦੇ ਪਰ ਹੁਣ ਇੱਕੋ ਮਹੀਨਾ ਜਿਹੜਾ ਉਸ ਦਸਪ੍ਰਿਤ ਮੈਨੂੰ ਐ ਲੱਗ ਰਿਹਾ ਹੈ ਕਈ ਵਾਰੀ ਵੀ ਜਿਵੇਂ ਨਾ ਕੈਨੇਡਾ ਦੇ ਵਿੱਚ ਹੁਣ ਪਿਛਲੇ 5-6 ਮਹੀਨਿਆਂ ਦੀ ਵੀ ਸਰਕਾਰ ਬਿਲਕੁਲ ਚੁੱਪ ਹੈ ਹਮ ਕਲੈਕਟਿਵ ਮੈਕਲ ਵੀ ਚਲਾ ਰਹੇ ਨੇ ਜਿਵੇਂ ਗ੍ਰੀਡੀਅਨ ਇਕਨੋਮੀ ਨੂੰ ਉਹ ਬਾਕੀ ਗੱਲ ਹੀ ਨਹੀਂ ਹੋ ਰਹੀ ਬਾਕੀ ਤਾਂ ਕਦੇ ਯੂਕਰੇਨ ਦੀ ਲੜਾਈ ਬਾਰੇ ਜ਼ਰੂਰ ਗੱਲ ਹੋ ਜਾਂਦੀ ਹੈ ਅਸੀਂ ਇੰਨੇ ਪੈਸਿਆਂ ਦੇ ਹਥਿਆਰ ਦੇ ਰਹੇ ਹਾਂ ਉੱਥੇ ਜਾਂ ਦੇ ਰਹੇ ਹਾਂ ਹੁਣ ਤੁਸੀਂ ਤੁਸੀਂ ਵੀ ਯਾਦ ਕਰੋ ਵੀ ਜਸਟਿਨ ਟ੍ਰੂਰੋ ਨੇ ਆ 9 ਬਿਲੀਅਨ ਦਾ ਜਿਹੜਾ ਪੈਕੇਜ ਤੋਂ ਬਣਾ ਉਹ ਵੀ ਆਪਣੇ ਫਰਾਂਸ ਮਿਨਿਸਟਰ ਆ ਜਿਹੜੇ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਇਸ ਤੋਂ ਬਿਨਾ ਕਦੇ ਕੋਈ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਇਕਨੋਮੀ ਬਾਰੇ ਗੱਲ ਕੀਤੀ ਹੋਈ ਨਹੀਂ ਕੀਤੀ ਨਹੀਂ ਹੋਈ ਨਾ ਨਹੀਂ ਕੀਤੀ ਹਾਂ ਉਹ ਇਹ ਹੁਣ ਜਿਹੜਾ ਕੰਮ ਹੈਗਾ ਵੀ ਕੱਲੇ ਬੈਂਕ ਦੇ ਉੱਪਰ ਛੱਡ ਕੇ ਤੁਸੀਂ ਨਹੀਂ ਚਲਾ ਸਕਦੇ ਕਿ ਬੈਂਕ ਕਿੰਨਾ ਕ੍ਰੀਏਟ ਚਲ ਮੰਨ ਲੀਏ ਹੋਰ ਹੋਰ 14% ਆ ਜਿਹੜਾ 75 ਪਰਸੈਂਟੇਜ ਪੁਆਇੰਟਸ ਹੈ ਬੈਂਕ ਵਧਾ ਦੇਗਾ ਦੈਨ ਵਟ ਤੇ ਕਿਤੇ ਇਹ ਵੀ ਨਾ ਹੋਵੇ ਉਹਦੇ ਵਿੱਚ ਖਤਸ਼ਾ ਵੀ ਹੈ ਪੀ ਭਾਵੇਂ ਲੋਕਾਂ ਨੇ ਗਲਤ ਲਿਆ ਕਰਜਾ ਚਾਹੇ ਸਹੀ ਲਿਆ ਲਿਆ ਤਾਂ ਹੈ ਨਾ ਜੀ ਬਿਲਕੁਲ ਜੇ ਲਿਆ ਹੈ ਤੇ ਤੁਸੀਂ ਉਹਦੇ ਉੱਪਰ ਉਹਨਾਂ ਦੀ ਜਿਹੜੀ ਕਿਸ਼ਤ ਹੈ ਜਿਹੜੀ ਇਨਸਟਾਲਮੈਂਟ ਹੈ ਬਹੁਤ ਵਧਾ ਦੇਉਗੇ ਲੋਕਾਂ ਦੇ ਬਿਯੋਂਡ ਰੀਚ ਹੋ ਜੇ ਜੇ ਫਰਜ਼ ਕਰੋ 인ਫਲੇਸ਼ਨ ਹੈ ਇੱਕ ਪਾਸੇ ਤਾਂ ਉਹਨਾਂ ਦੇ ਦੂਸਰੇ ਖਰਚੇ ਵਧ ਰਹੇ ਨੇ ਰੋਟੀ ਦਾ ਖਰਚਾ ਵਧ ਰਿਹਾ ਹੈ ਬੱਚਿਆਂ ਦੇ ਖਰਚੇ ਵਧ ਰਹੇ ਨੇ ਹਰ ਚੀਜ਼ ਦਾ ਖਰਚਾ ਵਧ ਰਿਹਾ ਹੈ ਗੈਸ ਦਾ ਖਰਚਾ ਵਧ ਰਿਹਾ ਉਸ ਪਾਸੇ ਉਹ ਟਾਈਟ ਨੇ ਦੂਸਰੇ ਪਾਸੇ ਕਰਦੀ ਇਨਸਟਾਲਮੈਂਟ ਵੱਧ ਗਈ ਤੇ ਕਿਤੇ ਇਹ ਨਾ ਹੋਵੇ ਵੀ ਉਹ ਲੋਕ ਸਾਰੇ ਘਰ ਮਾਰਕੀਟ ਚਾਰਜ ਨਾਲ ਇਨਵੈਂਟਰੀ ਬਹੁਤ ਵੱਜੇ ਤੇ ਜਿਹੜਾ ਤੁਹਾਡਾ ਹਾਊਸਿੰਗ ਸੈਕਟਰ ਹੈ ਇਹ ਵੀ ਕਲੈਪਸ ਵੱਲ ਨੂੰ ਤੁਰਪੇ ਹੂੰ ਔਰ ਜਿਵੇਂ ਜੇ ਇਹ ਕਲੈਪਸ ਵੱਲ ਹੋ ਜਾਂਦਾ ਹੈ ਖਾਸ ਕਰਕੇ BC ਇਕਨੋਮੀ ਦੀ ਮੈਂ ਗੱਲ ਕਰਾਂ ਕੈਨੇਡਾ ਇਕਨੋਮੀ ਦੀ ਇਨ ਜਨਰਲ ਤੇ BC ਇਕਨੋਮੀ ਦੀ ਇਨ ਪਾਰਟਿਕੂਲਰ ਤਾਂ ਇਹਦੇ ਇਹਦੇ ਹਾਲਾਤ ਤਾਂ ਮਾੜੇ ਹੋ ਸਕਦੇ ਨੇ ਸੋ ਜਿਹੜਾ ਬੈਂਕ ਆਫ ਕੈਨੇਡਾ ਜਿਹੜਾ ਜੋ ਮੈਨੂੰ ਲੱਗ ਰਿਹਾ ਹੋ ਸਕਦਾ ਹੈ ਕਈ ਵਾਰ ਕਹਿੰਦੇ ਨੇ ਛੋਟਾ ਮੂੰਹ ਬੜੀ ਬਾਤ ਹੋ ਜਾਂਦੀ ਹੈ ਨਾ ਤੇ ਮੈਨੂੰ ਜੋ ਲੱਗ ਰਿਹਾ ਹੈ ਕਿ ਹੋਰ ਵੀ ਹੈਗੇ ਜਿਹੜੇ ਇਕਨੋਮਿਸਟਸ ਲਿਖ ਰਹੇ ਨੇ ਵੀ ਕੱਲੇ ਰੇਟ ਆਫ ਇੰਟਰਸਟ ਉੱਪਰ ਜਦੋਂ ਅਸੀਂ ਆਪਣੀ ਇਨੀ ਨਿਰਭਰਤਾ ਕਰ ਰਹੇ ਇਹ ਇੰਨੀ ਵਧੀਆ ਚੀਜ਼ ਨਹੀਂ ਗੀ ਠੀਕ ਹੈ ਰੇਟ ਆਫ ਇੰਟਰਸਟ ਵਧਾਓ ਪਰ ਇੰਨਾ ਵੀ ਜ਼ਿਆਦਾ ਨਹੀਂ ਵੀ ਉਹ ਛੜੱਪੇ ਮਾਰ ਕੇ ਵਧਾਵੇ ਪਹਿਲਾਂ ਘਟਾਇਆ ਵੀ ਹੋਵੇ ਤੇ ਫਿਰ ਹੁਣ ਇੱਕੇਦਮ ਤੁਸੀਂ ਜਿਹੜਾ ਰੇਟ ਆਫ ਇੰਟਰਸਟ ਨੂੰ ਪਤਾ ਚੱਕ ਰਹੇ ਹੋ ਸੋ ਇਹ ਪਹਿਲਾਂ ਦੇਖੋ ਵੀ ਕਿੰਨਾ ਲੋਕਾਂ ਸਰ ਕਰ ਜਾਏਗਾ ਕਿੰਨੇ ਲੋਕਾਂ ਨੇ ਇਨਵੈਸਟਮੈਂਟ ਪ੍ਰੋਪਰਟੀ ਜੇ ਲਈ ਵੀ ਹੈ ਜਾਂ ਫਿਰ ਇਸ ਵਿੱਚ ਦਸਪ੍ਰਿਤ ਇੱਕ ਹੁੰਦਾ ਡਿਫਰੈਂਸ਼ੀਅਲ ਰੇਟ ਆਫ ਇੰਟਰਸਟ ਹੁੰਦਾ ਅੱਛਾ ਜੀ ਡਿਫਰੈਂਸ਼ੀਅਲ ਇਹ ਹੁੰਦਾ ਹੈਗਾ ਵੀ ਤੁਸੀਂ ਰੇਟ ਆਫ ਇੰਟਰਸਟ ਡਿਫਾਈਨ ਕਰ ਦਿੰਦੇ ਹੋ ਵੀ ਇਹ ਸੈਕਟਰ ਜਿਵੇਂ فرض ਕਰੋ ਘਰ ਤੁਸੀਂ ਜਿਹਨੇ ਆਪਣਾ ਘਰ ਲੈਣਾ ਹੈ ਰਹਿਣ ਲਈ ਪ੍ਰਾਇਮਰੀ ਰੈਜ਼ੀਡੈਂਸ ਲਈ ਉਹ ਤੋਂ ਤੁਸੀਂ 2% ਚਾਰਜ ਕਰ ਲਓ ਫਰਜ ਕਰੋ ਠੀਕ ਹੈ ਜਿਹਨੇ ਸੈਕੰਡ ਕਰ ਲੈਣਾ ਇਨਵੈਸਟਮੈਂਟ ਪ੍ਰੋਪਰਟੀ ਬਣਾਉਣੀ ਹੈ ਉਹ ਤੋਂ 3% ਲੈ ਲਓ ਸਾਢੇ 3% ਡਿਫਰੈਂਸ਼ੀਅਲ ਕਰ ਲਓ ਡਿਫਰੈਂਸ਼ੀਅਲ ਕਰ ਲਓ ਠੀਕ ਹੈ ਜੀ ਹੁਣ ਡਿਫਰੈਂਸ਼ੀਅਲ ਕੈਨੇਡਾ ਦੇ ਵਿੱਚ ਨਹੀਂਗਾ ਹੂੰ ਕਈ ਦੇਸ਼ਾਂ ਦੇ ਵਿੱਚ ਡਿਫਰੈਂਸ਼ੀਅਲ ਰੇਟ ਆਫ ਇੰਟਰਸਟ ਚੱਲਦਾ ਹੈ ਉਹ ਪ੍ਰਾਇਓਰਿਟੀ ਏਰੀਆਜ਼ ਨੇ ਜਿਹੜੇ ਉਹਨਾਂ ਨੂੰ ਘੱਟ ਵਿਆਜ ਤੇ ਦਿੰਦੇ ਨੇ ਲਗਜ਼ਰੀ ਖਾਸ ਕਰਕੇ ਉਹ ਤੇ ਜ਼ਿਆਦਾ ਦਿੰਦੇ ਉਹ ਤੇ ਜ਼ਿਆਦਾ ਹੈ ਜਿਸ ਤਰ੍ਹਾਂ ਜੇ ਕਿਸੇ ਨੇ ਕੋਈ ਆਟੋ ਲੈਣੀ ਹੈ ਵੱਡੀ ਜਾਂ ਕਿਸੇ ਤੁਸੀਂ ਉੱਥੇ ਲਾਈ ਚਲੋ ਰੇਟ ਆਫ ਇੰਟਰਸਟ ਜ਼ਿਆਦਾ ਲਾ ਦਿਓ ਕਿਉਂ ਤੁਸੀਂ ਇਹ ਕ੍ਰੋਸ ਦਾ ਬੋਰਡ ਆ ਜਿਹੜਾ ਜਿਹਦੇ ਵਿੱਚ ਹੁਣ ਕੀ ਹੋ ਰਿਹਾ ਵੀ ਜਿਹੜੇ ਲੋਕਾਂ ਨੇ ਘਰ ਲਏ ਆ ਜਿਨ੍ਹਾਂ ਨੇ ਆਪਣੇ ਰਹਿਣ ਲਈ ਲਏ ਆ ਛੋਟੇ ਕਾਰਪਾਰਟਮੈਂਟ ਲਿਆ ਕੁਝ ਵੀ ਲਿਆ ਕੈਨੇਡਾ ਦੀ ਇਕਨੋਮੀ ਦਾ ਜਿਹੜਾ ਇੰਬੈਲੈਂਸ ਹੈ ਉਹ ਪੇ ਕਰ ਰਹੇ ਨੇ ਉਹਦੇ ਲਈ ਹੂੰ ਕਿਉਂਕਿ ਉਹਨਾਂ ਤੁਸੀਂ ਹੋਰ ਤਾਂ ਕਿਸੇ ਨੂੰ ਕੁਝ ਕਹੀ ਨਹੀਂ ਰਹੇ ਯੈਸ ਰੇਟ ਆਫ ਇੰਟਰਸਟ ਉਹਨਾਂ ਦਾ ਵਧਾ ਕੇ ਉਹਨਾਂ ਦੀ ਇਨਸਟਾਲਮੈਂਟ ਵਧ ਗਈ ਹੈ ਵਧ ਗਈ ਹੈ ਸੋ ਹੁਣ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜਿਹੜੇ ਛੋਟੇ ਨੇ ਜਿਨ੍ਹਾਂ ਨੇ ਮਸਾ ਕਰ ਲਿਆ ਵੀ ਤੁਸੀਂ ਕੈਨੇਡਾ ਦੀ ਇਕਨੋਮੀ ਦਾ ਜਿਹੜਾ ਇੰਬੈਲੈਂਸ ਹੈ ਉਹਨੂੰ ਬੈਲੈਂਸ ਕਰਨ ਵਾਸਤੇ ਤੁਸੀਂ ਆਓ ਸਾਡੇ ਤੁਸੀਂ ਆਓ ਅੱਗੇ ਤੁਸੀਂ ਪੈਸੇ ਵਧ ਦਿਓ ਹੂੰ ਸੋ ਇਹ ਇਹ ਜਿਹੜੀ ਚੀਜ਼ ਹੈ ਇਹ ਨਹੀਂ ਕਿ ਕੈਨੇਡਾ ਦੇ ਉੱਪਰ ਜੇ ਪਾਲਿਸੀ ਸਹੀ ਲੈ ਆਉਂਦੇ ਨੇ ਨਾ ਤਾਂ ਮੈਨੂੰ ਲੱਗਦਾ ਵੀ ਕੈਨੇਡਾ ਦੀ ਰਿਸੋਰਸ ਬੇਸ ਰਿਸੋਰਸ ਬੇਸਡ ਇਕਨੋਮੀ ਦੇ ਉੱਪਰ ਹਮੇਸ਼ਾ ਵੀ ਜਿਹੜਾ ਰੈਸੈਸ਼ਨ ਹੈ ਉਹਦਾ ਇੰਪੈਕਟ ਘੱਟ ਹੁੰਦਾ ਮਾਈਲਡ ਹੁੰਦਾ ਮਾਈਲਡ ਹੁੰਦਾ ਸੋ ਕੈਨੇਡਾ ਤੇ ਮਾਈਲਡ ਰਹਿਣ ਦੀ ਆਸ ਹੈ ਠੀਕ ਹੈ ਸਰ ਕੁਝ ਹੋਰ ਇੰਪੋਰਟੈਂਟ ਗੱਲਬਾਤ ਰਹਿ ਗਈ ਹੋਵੇ ਜੀ ਆਪਣੀ ਕਨਵਰਸੇਸ਼ਨ ਚ ਇੱਕ ਇਹਦੇ ਨਾਲੇ ਵੀ ਜੇ ਰੈਸੈਸ਼ਨ ਆ ਵੀ ਜਾਂਦਾ ਤਾਂ ਉਹਦੇ ਚੋਂ ਬਾਹਰ ਕਿਵੇਂ ਨਿਕਲਣਾ ਹੈ ਇਹ ਵੀ ਜ਼ਰੂਰੀ ਹੈ ਬਾਹਰ ਇੱਕ ਤਾਂ ਇਹ ਹੁੰਦਾ ਵੀ ਸਰਕਾਰ ਪੈਸਾ ਖਰਚੇ ਕਿਉਂਕਿ ਉਸ ਵੇਲੇ ਡਿਮਾਂਡ ਘੱਟ ਜਾਂਦੀ ਹੈ ਸਰਕਾਰ ਜੇ ਪੈਸਾ ਦਿੰਦੀ ਹੈ ਲੋਕਾਂ ਨੂੰ ਤਾਂ ਫੇਰ ਹੀ ਲੋਕ ਖਰੀਦਣਗੇ ਨਾ ਚੀਜ਼ ਸਰਕਾਰ ਟੈਕਸ ਘਟਾ ਦੇ ਸਰਕਾਰ ਲੋਕਾਂ ਨੂੰ ਲੋਨ ਵਧ ਦੇਵੇ ਰੇ ਠੀਕ ਠੀਕ ਹੈ ਇੱਕ ਜਸਪ੍ਰੀ ਜੀ ਇਸ ਵੇਲੇ ਕੀ ਹੈ ਨਾ ਇਸ ਵੇਲੇ ਟੈਕਨੋਲੋਜੀ ਦਾ ਬਹੁਤ ਰੋੜਾ ਇਨੋਵੇਸ਼ਨਸ ਦੇ ਨਾਲ ਹੀ ਜਿਹੜੀ ਤਾਂ ਇਕਨੋਮੀ ਗਰੋ ਵੀ ਕਰਨੀ ਹੈ ਤੇ ਰੈਸੈਸ਼ਨ ਵੀ ਰਿਮੂਵ ਹੋਣੇ ਜਿਹੜਾ ਫਸਟ ਟਾਈਮ ਫਸਟ ਮੂਵਰ ਐਡਵਾਂਟੇਜ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਤੁਸੀਂ ਫਸਟ ਮੂਵ ਕਰੋ ਓਕੇ ਯੈਸ ਔਰ ਹੁਣ ਕੀ ਹੈ ਜਿਹੜੀ ਟੈਕਨੋਲੋਜੀ ਚਾਹੀਦੀ ਹੈ ਸਾਨੂੰ ਖਾਸ ਕਰਕੇ ਕੈਨੇਡਾ ਦੇ ਵਿੱਚ ਤੇ ਵਰਲਡ ਦੇ ਵਿੱਚ ਵੀ ਇਨ ਜਨਰਲ ਟੈਕਨੋਲੋਜੀ ਚਾਹੀਦੀ ਹੈ ਗ੍ਰੀਨ ਟੈਕਨੋਲੋਜੀ ਹਾਂ ਗ੍ਰੀਨ ਟੈਕਨੋਲੋਜੀ ਅੱਛਾ ਜੀ ਖਾਸ ਕਰਕੇ ਜਿਵੇਂ ਸਾਡਾ ਓਇਲ ਸੈਕਟਰ ਹੈ ਜਾਂ ਗੈਸ ਸੈਕਟਰ ਹੈ ਜੇ ਕਿਤੇ ਇਹ ਨੈਟ ਜ਼ੀਰੋ ਹੋ ਜਾਂਦਾ ਹੈ ਟੈਕਨੋਲੋਜੀਜ਼ ਆ ਜਾਂਦੀਆਂ ਨੇ ਇਹਨੂੰ ਕਲੀਨ ਕਰ ਦਿੰਦੇ ਆ ਅਸੀਂ ਇਹਦੇ ਨਾਲ ਜਿਹੜੀ ਪੋਲੂਸ਼ਨ ਆ ਘਟਦਾ ਹੈਗਾ ਗ੍ਰੀਨ ਹਾਊਸ ਗੈਸ ਐਮਿਸ਼ਨਸ ਘਟਦੇ ਨੇ ਤਾਂ ਫਿਰ ਉਹ ਦੇਸ਼ ਆ ਜਿਹੜਾ ਲੀਡ ਕਰਨਗੇ ਹੋਣਗੇ ਔਰ ਕੈਨੇਡਾ ਦੇ ਵਿੱਚ ਬਹੁਤ ਵਧੀਆ ਐਸੋਲੇ ਹੈਗਾ ਜੇ ਕੈਨੇਡਾ ਇਨਵੈਸਟਮੈਂਟ ਕਰੇ ਇਹਦੇ ਵਿੱਚ ਗ੍ਰੀਨ ਟੈਕਨੋਲੋਜੀਜ਼ ਇਨ એનર્ਜੀ ਸੈਕਟਰ ਸੋ ਕਨੇਡਾ ਲੀਡਰ ਬਣ ਸਕਦਾ ਹੈਗਾ ਇਨੋਵੇਟਿਵ ਇਨੋਵੇਸ਼ਨ ਲੈ ਕੇ ਆਉਣੀਆਂ ਪੈਣੀਆਂ ਉਹਦੇ ਚੇ ਵੀ ਹੈ ਦਸਪ੍ਰਿਤ ਦੇਖੋ ਤੁਸੀਂ ਇਹ ਨਾ ਕਰੋ ਵੀ ਅਸੀਂ ਟੈਕਸ ਲਾ ਰਹੇ ਹਾਂ ਮਿਡਵਲ ਗੇਨ ਲਾ ਰਹੇ ਹਾਂ ਵੈਲ ਕੰਪਨੀਆਂ ਦੇ ਉੱਪਰ ਜਨ ਤੁਸੀਂ ਇਹ ਕਹਦੇ ਹੋ ਵੀ ਜਿੰਨਾ ਤੁਸੀਂ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਖਰਚ ਕਰੋਗੇ ਉਹ ਟੈਕਸ ਫ੍ਰੀ ਹੈ ਹੂੰ ਵੀ ਅਸੀਂ ਉਹਨਾਂ ਟੈਕਸ ਤੋਂ ਕੱਟ ਕਰਦੇਗੇ ਬਾਅਦ ਤੁਸੀਂ ਫਿਰ ਕੰਪਨੀਆਂ ਜਿਹੜੀਆਂ ਉਹ ਟੈਕਸ ਆਪਣਾ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਜਾਂ ਤਾਂ ਉਹ ਆਪਣੇ ਯੂਨਿਟ ਲਾਉਣ ਗਈਆਂ ਰਿਸਰਚ ਐਂਡ ਡਿਵੈਲਪਮੈਂਟ ਦੇ ਜਾਂ ਫਿਰ ਕੀ ਹੈ ਉਹ ਯੂਨੀਵਰਸਿਟੀ ਜਾਂ ਹੋਰ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਫੰਡ ਕਰਨ ਗਈਆਂ ਵੀ ਫੰਡ ਕਰਕੇ ਸੋ ਜੇ ਉਹ ਫੰਡਿੰਗ ਹੁੰਦੀ ਉਹਨਾਂ ਦੀ ਤੇ ਉਹਦੇ ਤੇ ਟੈਕਸ ਘਟਾਇਆ ਜਾ ਸਕਦਾ ਹੈ ਉਹਨੂੰ ਸੈਂਟਿਵ ਦਿੱਤਾ ਜਾਂ ਰਿਸਰਚ ਵੀ ਸੋ ਇਨੋਵੇਟਿਵ ਤਰੀਕੇ ਹੈਗੇ ਆ ਜੀ ਇਹਨੂੰ ਮੈਨੇਜ ਕਰਨਾ ਤਰੀਕੇ ਹੈਗੇ ਉਹ ਅਪਲਾਈ ਕਰਨੇ ਚਾਹੀਦੇ ਆ ਹੂੰ ਇੰਪਲੀਮੈਂਟੇਸ਼ਨ ਦੀ ਘਾਟ ਹੈ ਬਿਲਕੁਲ ਇੰਪਲੀਮੈਂਟੇਸ਼ਨ ਦੀ ਘਾਟ ਹੈ ਕਿਉਂਕਿ ਹੋਊਗਾ ਕਿ ਹੁਣ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਕਹਿੰਨਾ ਠੀਕ ਹੈ ਤੇਲ ਦਾ ਭਾਅ ਵਧਿਆ ਹੋਇਆ ਜਿੰਨਾ ਕੱਢ ਲੈਣੇ ਅਸੀਂ ਠੀਕ ਹੈ ਉਹਨਾਂ ਨੂੰ ਕਹੋ ਨਹੀਂ ਅਸੀਂ ਲੌਂਗ ਟਰਮ ਕੱਟਣਾ ਹੈ ਯੈਸ ਸਾਡਾ ਕੈਨੇਡਾ ਦਾ ਤੇਲ ਹੈ ਜਿਹੜਾ ਇਹਦੀ ਡਿਮਾਂਡ ਘੱਟ ਵਰਡ ਦੇ ਵਿੱਚ ਕਿਉਂ ਕਿਉਂਕਿ ਇਹਨੂੰ ਡਾਟੀ ਵੈਲ ਕਹਿੰਦੇ ਨੇ ਆਪਾਂ ਔਰ ਨੀਵਾ ਵਿੱਚ ਡੂੰਗਾ ਵੀ ਬਹੁਤ ਹੈ ਸੋ ਜੇ ਤੁਸੀਂ ਸਾਰੀਆਂ ਚੀਜ਼ਾਂ ਕਰਦੇ ਹੋ ਉਹ ਤੁਹਾਡੇ ਆਇਲ ਨੂੰ ਕੋਈ ਡਾਟੀ ਆਇਲ ਨਹੀਂ ਕਹਿੰਦਾ ਤਾਂ ਫਿਰ ਡਿਮਾਂਡ ਵਧ ਜਾਈ ਨਹੀਂ ਉਹਦੀ ਵਧ ਜਾਈ ਕਿਉਂਕਿ ਹਰ ਦੇਸ਼ ਦੇ ਉੱਪਰ ਹੁਣ ਟਾਰਗੇਟ ਲੱਗੇ ਹੋਏ ਆ ਗ੍ਰੀਨ ਹਾਊਸ ਗੈਸ ਐਮਿਸ਼ਨਸ ਵਧਾਉਣ ਦੇ ਤੇ ਸਾਡੇ ਸਾਇੰਸਦਾਨਾ ਜਿਹੜੇ ਸਾਨੂੰ ਉਹਨਾਂ ਨੇ ਬੜਾ ਕਲੀਅਰ ਕੱਟ ਕਹਤਾ ਹੈ ਵੀ ਬਹੁਤ ਲੰਬਾ ਸਮਾਂ ਨਹੀਂ ਗਾਉਣਾ ਸਾਡੇ ਕੋਲ ਹੁਣ 10 12 15 ਸਾਲ ਹੀ ਹੈ ਜੇ ਅਸੀਂ ਆਪਣਾ ਬਿਹੇਵੀਅਰ ਚੇਂਜ ਕਰ ਲਏ ਤਾਂ ਠੀਕ ਹੈ ਔਰ ਉਸ ਬਿਹੇਵੀਅਰ ਦੇ ਵਿੱਚ ਜਸਵੀ ਤਾਂ ਅਸੀਂ ਪੁੱਠੇ ਤਾਂ ਨਹੀਂ ਜਾ ਸਕਦੇ ਪਛਾਤ ਤਾਂ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਵੀ ਅਸੀਂ ਹੁ ਅਸੀਂ ਜਾਣਾ ਤਾਂ ਅੱਗੇ ਹੈ ਜਾਣਾ ਅੱਗੇ ਤਾਂ ਵੀ ਉਹ ਮਸ਼ੀਨ ਹੈ ਜਿਹੜੀ ਸਾਡੇ ਕੋਲ ਜਿਹੜੀ ਪੋਲਿਊਟ ਕਰਦੀ ਹੈ ਉਹ ਨੂੰ ਇਨੋਵੇਟਿਵ ਤਰੀਕੇ ਨਾਲ ਚੇਂਜ ਕਰ ਦੇ ਜਿਹੜੀ ਪੋਲਿਊਟ ਨਾ ਕਰੇ ਸੋ ਜਿਹੜਾ ਇਸ ਵੇਲੇ ਲੀਡ ਕਰੂਗਾ ਉਸੇ ਦੀ ਮਸ਼ੀਨ ਉਸੇ ਦਾ ਸਮਾਨ ਉਹ ਵਿਕਣਾ ਹੈ ਸੋ ਇਸ ਵੇਲੇ ਕੈਨੇਡਾ ਕੋਲੇ ਇੱਕ ਇਨਵੈਸਟਮੈਂਟ ਦਾ ਖਾਸ ਕਰਕੇ ਕਲੀਨ એનર્ਜੀ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਬਹੁਤ ਵੱਡਾ ਮੌਕਾ ਹੈ ਤੇ ਅਸੀਂ ਜੇ ਗੈਸ ਆਇਲ ਕੇਰੋਸਿਨ ਸਾਰੀ એનર્ਜੀ ਇਸ ਨੂੰ ਕਲੀਨ ਐਂਡ ਗ੍ਰੀਨ ਕਰ ਲਈਏ ਤਾਂ ਫਿਰ ਮੇਰਾ ਖਿਆਲ ਹੈ ਕੈਨੇਡਾ ਨੂੰ ਕੋਈ ਰੈਸੈਸ਼ਨ ਦਾ ਬਹੁਤਾ ਅਸਰ ਨਹੀਂ ਪੈਣਾ ਵਾਈਡ ਡਿਸੀਜਨ ਲੈਣ ਦੀ ਲੋੜ ਹੈ ਵਾਈਡ ਡਿਸੀਜਨ ਹਾਂ ਤੁਸੀਂ ਟੈਕਨੋਲੋਜੀ ਵੇਚ ਸਕਦਾ ਫਿਰ ਸਾਰੀ ਦੁਨੀਆ ਨੂੰ ਬਿਲਕੁਲ ਤੁਸੀਂ ਟੈਕਨੋਲੋਜੀ ਲੀਡਰ ਬਣਨ ਦੀ ਗੱਲ ਹੈਗੀ ਕੈਨੇਡਾ ਕੋਲੇ ਸਭ ਕੁਝ ਹੈ ਤਿੰਨ ਯੂਨੀਵਰਸਿਟੀਆਂ ਜਿਹੜੀਆਂ ਵਰਲਡ ਦੀਆਂ ਬੈਸਟ ਯੂਨੀਵਰਸਿਟੀਆਂ ਦੇ ਵਿੱਚ ਆਉਂਦੀਆਂ ਨੇ ਬਿਲਕੁਲ ਤੇ ਹੋਰ ਵੀ ਇੰਸਟੀਚੂਨਸ ਬਹੁਤ ਨੇ ਸੋ ਤੁਸੀਂ ਕੈਨੇਡਾ ਕੋਲੇ ਇਨਫਰਾਸਟ੍ਰਕਚਰ ਜਾਂ ਜਾਂ ਜਿਹੜੇ ਸਾਧਨ ਹੈ ਜਾਂ ਜਿਹੜੀਆਂ ਇੰਸਟੀਚੂਨ ਦੇ ਵਿੱਚ ਜਿਹੜੀ ਐਕਸਪਰਟਿਜ਼ ਹੈ ਉਹਦੀ ਘਾਟ ਨਹੀਂ ਹੈ ਘਾਟ ਨਹੀਂ ਹੈਗੀ ਘ ਉਹ ਵੀ ਥੋੜੀ ਜਿਹੀ ਅਸੀਂ ਪ੍ਰਕਾਰ ਟਾਈਮ ਵੀ ਆਪਣਾ ਹੋ ਰਿਹਾ ਜਿਹੜੀ ਅਸੀਂ ਇਹ ਕਰਤਾ ਵੀ ਸਾਡੀਆਂ ਦਾ ਯੂਨੀਵਰਸਿਟੀਆਂ ਫੋਰਨ ਸਟੂਡੈਂਟਸ ਦੇ ਉੱਪਰ ਚੱਲਣਗੀਆਂ ਤੁਸੀਂ ਚਲ ਮੰਨ ਲਿਆ ਉੱਥੋਂ ਪੈਸਾ ਵੀ ਆ ਰਿਹਾ ਐਟ ਲੀਸਟ ਉਹਨਾ ਪੈਸਾ ਤਾਂ ਉਹਨਾਂ ਨੂੰ ਵਾਧੇ ਦੇ ਦਿਓ ਰਿਸਰਚ ਐਂਡ ਡਿਵੈਲਪਮੈਂਟ ਲਈ ਸਾਡੀਆਂ ਯੂਨੀਵਰਸਿਟੀ ਇੰਸਟੀਟਿਊਸ਼ਨ ਤੋਂ ਜੇ 4 ਬਿਲੀਅਨ ਆ ਰਿਹਾ ਹੈ ਕਾ ਫਰਜ਼ ਕਰੋ ਬਾਹਰੋਂ UVC ਲਈ ਤਾਂ ਘੱਟੋ ਘੱਟ 4 ਬਿਲੀਅਨ UVC ਨੂੰ ਕੋਈ ਠੀਕ ਆ ਉਧਰ ਤੋਂ ਡਾ ਰਿਹਾ ਤੁਸੀਂ ਕਹ ਮਾਰ ਰਹੇ ਹੋ ਤੁਹਾਡਾ ਆਪਣਾ 4 ਬਿਲੀਅਨ ਨੂੰ ਵੱਧ ਪੈਸਾ ਹੋਰ ਦਿਓ ਤਾਂ ਕਿ ਉਹ ਰਿਸਰਚ ਐਂਡ ਡਿਵੈਲਪਮੈਂਟ ਲੈ ਕੇ ਆਉਣ ਫੇਰ ਹੀ ਜਿਹੜਾ ਇਹ ਹੈਗਾ ਆਪਾਂ ਅੱਗੇ ਵਧ ਸਕਦੇ ਆਂਗੇ ਨਹੀਂ ਫਿਰ ਕੀ ਹੁੰਦਾ ਕਈ ਵਾਰੀ ਕੀ ਹੈ ਇੱਕ ਪਾਲਿਸੀ ਗਲਤ ਲਈ ਤੁਹਾਨੂੰ ਥੱਲੇ ਵੀ ਲ ਜਾ ਸਕਦੀ ਹੈ ਇੱਕ ਪਾਲਿਸੀ ਡਿਸੀਜਨ ਹੈ ਜਿਹੜਾ ਉਹ ਉੱਪਰ ਵੀ ਲ ਜਾ ਸਕਦਾ ਸੋ ਇਸ ਵੇਲੇ ਇਹ ਸਿਚੁਏਸ਼ਨ ਹੈ ਜਿਹੜੀ ਸਾਡੇ ਸਾਹਮਣੇ ਹੈ ਰੈਸੈਸ਼ਨ ਲੱਗਦਾ ਵੀ ਆਊਗਾ ਤੇ ਪਰ ਲੱਗਦਾ ਵੀ ਮਾਈਲਡ ਹੋਊ ਔਰ ਜੇ ਪਾਲਿਸੀ ਨਾਲ ਇਹਨੂੰ ਮੈਨੇਜ ਕੀਤਾ ਜਾਵੇ ਤਾਂ ਹੋ ਸਕਦਾ ਫਿਰ ਬਹੁਤ ਹੀ ਘੱਟ ਅਸਰ ਦੇਗਾ ਕੈਨੇਡੀਅਨ ਇਕਨੋਮੀ ਦੇ ਉੱਪਰ ਬਿਲਕੁਲ ਉਮੀਦ ਇਹੀ ਕਰਦੇ ਆਂ ਜੀ ਸਿਰ ਜੋੜ ਕੇ ਬੈਠ ਕੇ ਪ੍ਰੋਪਰ ਪਾਲਿਸੀਜ਼ ਬਣਾਈਆਂ ਜਾਣਗੀਆਂ ਪ੍ਰੋਫੈਸਰ ਪੋਲਰ ਥੈਂਕ ਯੂ ਸੋ ਮੱਚ ਥੈਂਕ ਯੂ ਜਸਟ ਦਸਪ੍ਰੀਤ